ਬੈਟਬੋਲ ਕੁੱਤੇ ਨੇ 85 ਸਾਲ ਦੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ, ਬੁਰੀ ਤਰੀਕੇ ਦੇ ਨਾਲ ਨੋਚ ਨੋਚ ਕੇ ਕੀਤਾ ਜ਼ਖਮੀ। ਤਾਂ ਦੱਸਦੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਖਤਰਨਾਕ ਕੁੱਤੇ ਪਾਲਦੇ ਨੇ ਜੋ ਕਿ ਉਹਨਾਂ ਲਈ ਤਾਂ ਵਫ਼ਾਦਾਰ ਸਾਬਿਤ ਹੁੰਦੇ ਨੇ ਪਰ ਸ਼ਾਇਦ ਆਸ-ਪਾਸ ਲੰਘਣ ਵਾਲਿਆਂ ਲਈ ਉਹ ਖਤਰਨਾਕ ਤੇ ਜਾਨਲੇਵਾ ਸਾਬਿਤ ਹੁੰਦੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਗੁਆਂਢੀਆਂ ਦੇ ਪਾਲੇ ਪੈਟਬੋਲ ਕੁੱਤੇ ਨੇ 85 ਸਾਲ ਦੇ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਤੇ ਬੁਰੀ ਤਰੀਕੇ ਦੇ ਨਾਲ ਉਸਨੂੰ ਨੋਚ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸਦੇ ਕਿ ਘਟਨਾ ਗੁਰਦਾਸਪੁਰ ਦੀ ਹੈ ਜਿੱਥੇ ਇੱਕ ਵਾਰ ਫਿਰ ਪੈਟਬੋਲ ਕੁੱਤੇ ਨੇ ਸ਼ਖਸ ਨੂੰ ਨੋਚ ਕੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤਾ ਤੇ ਜ਼ਖਮੀ ਬਜ਼ੁਰਗ ਦੇ ਭਤੀਜੇ ਨੇ ਦੱਸਿਆ ਕਿ ਉਸਦਾ ਤਾਇਆ ਜਦ ਰੋਟੀ ਖਾਣ ਦੇ ਲਈ ਦੁਕਾਨ ਤੋਂ ਘਰ ਆ ਰਿਹਾ ਸੀ ਤਾਂ ਘਰ ਦੇ ਨਜ਼ਦੀਕ ਗੁਆਂਢੀਆਂ ਦੇ ਵੱਲੋਂ ਪਾਲੇ ਹੋਏ ਪੈਟਬੋਲ ਕੁੱਤੇ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਇਸ ਖਤਰਨਾਕ ਕੁੱਤੇ ਨੂੰ ਗੁਆਂਢੀਆਂ ਨੇ ਖੁੱਲ੍ਹਾ ਛੱਡ ਰੱਖਿਆ, ਜਦਕਿ ਪਹਿਲਾਂ ਵੀ ਇਸ ਕੁੱਤੇ ਨੇ ਕਈ ਲੋਕਾਂ ਤੇ ਹਮਲਾ ਕੀਤਾ ਹੋਇਆ। ਉਹਨਾਂ ਦੱਸਿਆ ਕਿ ਕੁੱਤੇ ਨੇ ਉਸਦੇ ਤਾਏ ਨੂੰ ਬੁਰੀ ਤਰੀਕੇ ਦੇ ਨਾਲ ਨੋਚ ਦਿੱਤਾ, ਜਦੋਂ ਉਹਨਾਂ ਨੇ ਆਵਾਜ਼ਾਂ ਮਾਰੀਆਂ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਉਸਦੀ ਭਾਬੀ ਅਤੇ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਵੇਖਿਆ ਕਿ ਕੁੱਤੇ ਨੇ ਉਹਨਾਂ ਦੇ ਤਾਏ ਨੂੰ ਫੜਿਆ ਹੋਇਆ, ਜਿਸ ਤੋਂ ਬਾਅਦ ਉਹਨਾਂ ਨੇ ਡੰਡਾ ਚੱਕ ਕੇ ਕੁੱਤੇ ਨੂੰ ਉੱਥੋਂ ਭਜਾਇਆ ਪਰ ਉਹਨੇ ਸਮੇਂ ਤੱਕ ਕੁੱਤੇ ਨੇ ਉਹਨਾਂ ਦੇ ਤਾਏ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਕੁਝ ਜਵਾਕ ਵੀ ਪੜ੍ਹਨ ਆਉਂਦੇ ਨੇ ਤੇ ਉਸ ਕੁੱਤੇ ਤੋਂ ਉਹਨਾਂ ਨੂੰ ਵੀ ਖਤਰਾ ਹੋ ਸਕਦਾ, ਜਿਸ ਖਿਲਾਫ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਵੀ ਭਾਅ ਜੀ ਆਪਣੇ ਨਾ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ, ਇਹ ਆਪਣੇ ਘਰ ਵੱਲ ਨੂੰ ਆਉਂਦੇ ਪਏ ਸੀ ਅਤੇ ਇਹਨਾਂ ਨਾਲ ਕੁੱਤਾ ਜਿਹੜਾ ਪਹਿਲਾਂ ਰੱਖਿਆ ਵਾ ਘੱਟੋ ਘੱਟ 20-25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵਾਂਢੀ ਆ ਇਹ ਕੁੱਤਾ ਵੀ ਮੇਰੇ ਸਾਹਮਣੇ ਕੋਈ ਪਿੱਟ ਬੋਲਾ ਸ਼ਾਇਦ ਇੱਦਾਂ ਦਾ ਨਸਲ ਦਾ ਕੁੱਤਾ ਵਾ, ਇਹ ਘੱਟੋ ਘੱਟ ਵੀ 20-25 ਨੂੰ ਦੰਦ ਲਾਏ ਨੇ। ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ, ਮਤਲਬ ਸਾਡੇ ਘਰ ਹੀ ਬੱਚੇ ਨੇ, ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ, ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਅਤੇ 20-22 ਬੱਚੇ ਸਾਡੇ ਘਰ ਟਿਊਸ਼ਨ ਪੜ੍ਹਨ ਆਉਂਦੇ ਨੇ। ਇਹਨਾਂ ਨੂੰ ਬੜੀ ਵਾਰੀ ਕਿਹਾ ਕਿ ਭਾਈ ਇਹ ਕੁੱਤਾ ਰੱਖਣ ਵਾਲਾ ਘਰ 'ਚ ਹੈ ਨਹੀਂ, ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਕਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਤਲਬ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ, ਮੈਂ ਆਹ ਕਰ ਦੇਣਾ, ਮੈਂ ਯੋਗ ਕਰ ਦੇਣਾ ਮੈਂ, ਅਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤਾਂ ਬਾਹਰੋਂ ਨੂੰ, ਅਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵੱਲ ਨੂੰ ਗਏ ਨੇ, ਮੇਰੀ ਦੁਕਾਨ ਮੋਲਾਂ ਦੀ, ਅਤੇ ਆਪਣੇ ਘਰ ਵੱਲੋਂ ਲੱਗਾ ਵਾ ਇਹਨਾਂ ਨੇ ਕੁੱਤਾ, ਇਹਨਾਂ ਦਾ ਇੱਦਾਂ ਹੀ ਖੁੱਲ੍ਹਾ ਵਾ, ਆਣ ਕੇ ਤਾਂ ਮਤਲਬ ਬਿਟਾ ਲਿਆ ਵਾ, ਮੈਂ ਤਾਂ ਮਤਲਬ ਮੇਰੀ ਭਾਬੀ ਨੇ ਮਤਲਬ ਛਡਾਇਆ ਵਾ, ਅਸੀਂ ਤਾਂ ਭਾਜੀ ਕੋਲ ਕੇ ਛਡਾਇਆ ਕੁੱਤਾ, ਤੁਹਾਨੂੰ ਦੱਸਣ ਦਿਆਂ ਵਾ। ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ, ਕਾਰਵਾਈ ਹੋਣੀ ਚਾਹੀਦੀ। ਹਾਂ ਬਿਲਕੁਲ 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 ਭਾਅ ਜੀ, ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਹੈਗੇ। ਗੱਲ ਇਹ ਭਾਅ ਜੀ ਤੁਸੀਂ ਵੇਖੋ ਸਹੀ ਸਾਰਾ ਆਹ ਧੋਣ ਤਾਂ ਮੈਨੂੰ ਤਾਂ ਲੱਗਣ ਦਿਆ ਕਿ ਜਿੱਦਾਂ ਆਹ ਇੱਥੋਂ ਆਹ ਬਲੱਡ ਨਹੀਂ ਬੰਦ ਹੁੰਦਿਆ, ਇੱਥੇ ਆਹ ਸਿਰ ਦੇ ਵਿੱਚ ਆਹ ਮਿਸ ਨਾ ਇੱਧਰਲੀ ਬਾਂਹ ਸਾਰੀ ਖਾਧੀ ਆ, ਪੈਰ ਸਾਰਾ ਖਾਧਾ ਵਾ। ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ, ਡੋਗ ਬਾਈਟ ਦੀ ਹਿਸਟਰੀ ਨਾਲ ਆਇਆ, ਕੈਟੇਗਰੀ 3 ਜ਼ਖਮ ਹੈ ਨਾ, ਅਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜ੍ਹੇ ਡੂੰਘੇ ਜ਼ਖਮ ਹੈ ਅਤੇ ਖੂਨ ਕਾਫੀ ਨਿਕਲਿਆ ਹੋਇਆ ਉਹਨਾਂ ਦੇ। ਸਰ ਕਿੰਨੇ ਸਟਿਚ ਲੱਗੇ ਹੁੰਦੇ ਇਹਦੇ? ਵੈਸੇ ਆਪਾਂ ਡੋਗ ਬਾਈਟ ਦੇ ਸਟਿਚ ਨਹੀਂ ਲਾਉਣੇ ਹੁੰਦੇ, ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਇਆ ਹੈ ਕਿ ਜ਼ਖਮ ਥੋੜ੍ਹਾ ਡੂੰਘਾ ਸੀ ਅਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ, ਤਾਂ ਕਰਕੇ ਢਿੱਲੇ ਢਿੱਲੇ ਜਿਹਾ ਕਿ 1 ਜਾਂ 2 ਸਟਿਚ ਲਗਾਏ ਨੇ ਆਪਾਂ ਇਹਨਾਂ ਦੇ ਜ਼ਖਮ ਦੇ। ਇਹ ਦੱਸਿਆ ਜੀ ਜਿਹੜੇ ਕੱਟ ਹੈਗੇ ਨੇ ਕਿਸ ਤਰ੍ਹਾਂ ਦਾ ਰੋਗ ਹੈਗਾ, ਕਿਹੜਾ? ਨਹੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿੱਟਬੁੱਲ ਕਹਿ ਰਹੇ, ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਢਿਆ। ਕੀ ਕਾਰਵਾਈ ਕੀਤੀ ਸਰ? ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਕੱਟੇ ਵਾਲਾ ਟੀਕਾ ਲਗਵਾ ਤਾ ਆ, ਪੱਟੀ ਹੋ ਗਈ ਆ।